ਥਾਰ ਰੌਕਸ ਰੂਬੀਕੌਨ। ਹਾਂ ਵੀ ਮਿੱਤਰਾ, ਕਿਵੇਂ ਲੱਗਿਆ ਮੇਰਾ ਫਿਰ ਨਵਾਂ ਅੰਦਾਜ਼? ਆਊਟਡੋਰ ਕਰ ਲਈ ਰੀਸ, 4500 ਆ, ਹੁਣ ਆਜੂ ਖੁੱਲ ਕੇ। ਤੂੰ ਮਿੱਤਰਾ ਰੀਸ ਰੂਸ ਦੀ ਗੱਲ ਨਾ ਕਰ, ਹਲੇ ਕਿਆ ਮਤਲਬ ਤੇਰਾ? ਤੂੰ ਸਾਰਿਆਂ ਸਵਾਗਤ ਤਾਂ ਕਿਆ ਕਰਨਾ, ਉੱਪਰ ਤੇ ਮੇਰੀ ਬੇਇੱਜ਼ਤੀ ਕਰੀ ਜਾਂਦਾ ਹੈ। ਨਾ ਹੋਰ ਤੇਰੇ ਹੁਣ ਹਾਰ ਪਾਵਾਂ, ਹਲੇ ਕੱਲੀ ਕੱਲੀ ਚੀਜ਼ ਦੀ ਕਾਪੀ ਕਰ ਲਈ ਹੈ, ਰਹਿ ਗਿਆ ਗਿਆ ਪਿੱਛੇ ਮੇਰੀ 60-70 ਲੱਖ ਰੁਪਏ ਦੀ ਕੀਮਤ ਦੀ ਸਾਰੀ ਮਿੱਟੀ 'ਚ ਮਿਲਾ ਕੇ ਰੱਖ ਦਿੱਤੀ ਤੈ। ਮਾੜਾ ਮੋਟਾ ਤਾਂ ਆਪਣਾ ਚੱਜ ਦਾ ਡਿਫਰੈਂਟ ਕਰ ਲੈਂਦੀ। ਓ ਯਾਰ ਤੂੰ ਫੇਰ ਜੈਲਸੀ ਕਰੀ ਜਾਂਦਾ, ਮੇਰੀ ਗੱਲ ਸੁਣ। 12-13 ਲੱਖ ਰੁਪਏ ਦੇ ਵਿੱਚ ਕੱਲਾ ਕੱਲਾ ਤੇਰੇ ਵਾਲਾ ਫੀਚਰ ਹੈ, ਮੰਨਦਾ ਕਿ ਨਹੀਂ? 12-13 ਲੱਖ? ਸਾਰੀ ਗੱਡੀ ਹੈਗਾ ਪੀਪਾ। ਉਹ ਤੈਨੂੰ ਇੱਕ ਗੱਲ ਦੱਸਾਂ, ਸਨਰੂਫ ਆ ਰਿਹਾ, ਸਨਰੂਫ ਨਵੇਂ ਵਾਲੀ ਥਾਰ ਦੇ ਵਿੱਚ, ਠੀਕ ਹੈ? ਬੰਦਾ ਕੱਢ ਦੀਦਾ ਵਿੱਚ ਨੂੰ ਬੰਦਾ, ਤੇਰੇ 'ਚ ਤਾਂ ਉਹ ਵੀ ਨਹੀਂ ਹੈਗਾ। ਸਨਰੂਫ ਬੰਦਾ? ਉਹ ਤੂੰ ਸਨਰੂਫ ਛੱਡ, ਛੱਤ ਖੁੱਲਦੀ ਹੈ ਇੱਧਰ, ਛੱਤ ਦੇ ਨਾਲ ਨਾ ਟਾਕੀਆਂ ਵੀ ਨਾਲ ਨਾਲ ਖੁੱਲਦੀ ਦੀਆਂ, ਮਾਰਦਾ ਸਨਰੂਫ ਦੀ ਧੌਂਸ ਜੀ। ਉਹ ਮਨ ਚਾਹੇ ਨਾ ਮਨ ਮਿੱਤਰਾ, ਤੇਰੇ ਮਿਰਚ ਤਾਂ ਲੜੀ ਹੈ, ਠੀਕ ਹੈ? ਕਰਨ ਔਜਲਾ ਕਹਿੰਦਾ ਨਹੀਂ ਹੁੰਦਾ, ਮਿਰਚ ਤਾਂ ਲੜੀ ਹੈ ਬਾਬੇ ਤੇਰੇ ਨਾਲ, ਉਹ ਕੰਮ ਹੋਇਆ, ਠੀਕ ਹੈ? ਤੇਰੀ ਗੱਡੀ ਨਹੀਂ ਲੈਣੀ ਕਿਸੇ ਨੇ। ਹੁਣ ਥਾਰ ਦੇਖੀ, ਥਾਰ ਇਕੱਲੇ ਇਕੱਲੇ ਪੰਜਾਬੀ ਕੋਲ ਥਾਰ ਹੋਊਗੀ, ਥਾਰ ਉਹ ਵੀ 4-ਡੋਰ, ਨਾਲੇ ਮੇਰੀ ਭੈਣ ਹੈ ਜਿਹੜੀ 2-ਡੋਰ, ਹਟਦੀ ਉਹ ਵੀ ਨਹੀਂ, ਵਿਕੂਗੀ ਉਹ ਵੀ 19, ਮੇਰੀ ਕੀਮਤ ਦੁੱਗਣੀ ਤਿੱਗਣੀ ਆ ਉਹਦੇ ਨਾਲ। ਉਹ ਤੂੰ ਕੀਮਤ ਦੀ ਗੱਲ ਕਰਦਾ, 60 ਲੱਖ ਰੁਪਇਆ ਔਨ ਰੋਡ ਪ੍ਰਾਈਜ਼ ਆ ਮੇਰੀ, ਨਾਲੇ ਤੂੰ ਕਿਹੜੀਆਂ ਛੋਟੀਆਂ ਭੈਣਾਂ ਦੀ ਗੱਲ ਕਰਦਾ ਮੈਂ, ਉਹ ਮੇਰੀ ਕੀਮਤ ਦੇ ਵਿੱਚ ਤੇ ਉਹ 6-7 ਆ ਜਾਊਂਗੀਆਂ, ਠੀਕ ਹੈ? ਗਿਆ ਨਾਲੇ ਯਾਰ ਸਾਲੀ, 13 ਲੱਖ ਰੁਪਏ ਦੇ ਵਿੱਚ ਕੋਈ ਗੱਡੀ ਆ ਯਾਰ? ਕੋਈ ਹਰ ਕੋਈ ਬੰਦਾ ਅਫੋਰਡ ਕਰੂਗਾ, ਇੱਧਰ ਮੈਨੂੰ ਦੇਖ, ਟਾਵਾਂ ਟੱਲਾ ਬੰਦਾ ਅਫੋਰਡ ਕਰਨੇ ਵਾਲਾ ਬੰਦਾ ਹੈ। ਉਹ ਤੂੰ ਰੋਡ ਪਰ ਦੇਖ ਲੈ, ਹਰ 2 ਮਿੰਟ ਬਾਅਦ ਮੇਰੀ ਭੈਣ ਜਾਂਦੀ ਕਿ ਨਹੀਂ 2-ਡੋਰ, ਹੁਣ 1 ਮਿੰਟ ਬਾਅਦ ਮੈਂ ਜਾਇਆ ਕਰੂੰਗਾ, ਮਿਰਚ ਮਿੱਤਰਾ ਤੇਰੇ ਫੇਰ ਲੜਨੀ ਹੈ। ਤੂੰ ਮਿਰਚ ਮਿਰਚ ਕਿਆ ਕਰੀ ਜਾਂਦਾ ਬਾਈ, ਸਟੈਂਡਰਡ ਹੈ ਸਾਡਾ, ਟਾਵਾਂ ਟੱਲਾ ਬੰਦਾ ਅਫੋਰਡ ਕਰਦਾ, ਤੁਹਾਡੇ ਮੰਗ ਥੋੜੀ। ਯਾਰ ਤੂੰ ਮੰਨ ਜਾ, ਤੇਰੇ ਮਿਰਚ ਲੜੀ ਹੈ। 4x4 ਸੁਣਿਆ ਕਦੇ? ਹਾਂ ਸੁਣਿਆ। ਮੇਰੇ ਵਿੱਚ ਪਤਾ ਕਿਹੜਾ ਫੀਚਰ ਹੈ? ਇੱਧਰਲਾ ਹਿੱਸਾ ਜਾਮ ਹੋ ਜਾਂਦਾ, ਇੱਧਰਲਾ ਚੱਲਣ ਲੱਗ ਜਾਂਦਾ, ਮੂਹਰੇ ਵਾਲੇ ਟਾਇਰ ਚੱਲਣ ਲੱਗ ਜਾਂਦੇ, ਪਿੱਛੇ ਵਾਲੇ ਜਾਮ ਹੋ ਜਾਂਦੇ ਆ। ਤੇਰੇ 'ਚ ਹੈਗਾ ਉਹ ਫੀਚਰ? ਹਲੇ 13 ਲੱਖ ਰੁਪਏ ਦੇ ਵਿੱਚ ਤੇਰੇ, 13 ਲੱਖ ਰੁਪਏ ਦੇ ਵਿੱਚ ਤੇਰੇ ਕੋਲ, 60 ਲੱਖ ਦੇ ਵਿੱਚ ਵੀ ਨਹੀਂ ਹੈਗਾ। ਮਿਰਚ ਤਾਂ ਤੇਰੇ ਉਸਤਾਦ ਲੜੀ ਹੈ, ਠੀਕ ਹੈ? ਹਜੇ ਨਾਲੇ ਹੋਰ ਲੜਨੀ ਹੈ, ਜਦ ਮੋਡੀਫਾਈ ਕਰਵਾਉਂਗੇ ਨਾ ਮੇਰੇ ਵਰਗੇ, ਡੈਡ ਟਾਇਰ ਪਵਾਉਂਗੇ, ਮਿਰਚ ਤੇਰੇ ਫੇਰ ਲੜਨੀ, ਜਦ ਜਮੀ ਡਿੱਟੋ ਕੰਮ ਬਣ ਜਾਣਾ ਡਿੱਟੋ। ਤੂੰ ਕਿਆ ਮਿਰਚ ਮਿਰਚ ਕਰੀ ਜਾਂਦਾ ਹੈ? ਹੈ ਜਿਹੜੀ ਗਰਾਊਂਡ ਸਪੇਸ ਦੀ ਗੱਲ ਕਰੀਏ, ਉਹ ਅੱਜ ਵੀ ਮੇਰੀ ਤੇਰੇ ਨਾਲ ਦੇ ਉੱਚੀ ਹੈ, ਨਾਲੇ ਕੰਪਨੀ ਦੇ ਵਿੱਚ ਤੇ ਨਿਕਲਣ ਸਾਰ 24 ਇੰਚ ਲੋਏ ਕੰਪਨੀ ਪਾ ਕੇ ਦਿੰਦੀ ਹੈ, ਪਰ ਤੂੰ ਉਹੀ ਸਾਲੇ ਘਸੇ ਪਿੱਟੇ ਜੇ ਮਹਿੰਦਰਾ ਦੇ ਟਾਇਰ ਜੇ ਪਾ ਕੇ ਦੇ ਦਿੰਦੇ ਆ। ਤੂੰ ਫੇਰ ਮਿਰਚ ਮਿਰਚ ਕਣੀ ਨੂੰ ਭੱਜੀ ਜਾਣਾ, ਨਾਲੇ ਮੇਰੀ ਗੱਲ ਸੁਣ, ਗਰਾਊਂਡ ਸਪੇਸ ਦਾ ਡਰ ਸਡਾਨ ਗੱਡੀਆਂ ਨੂੰ ਹੁੰਦਾ, ਠੀਕ ਹੈ? ਉੱਚੀਆਂ ਗੱਡੀਆਂ ਨੂੰ ਨਹੀਂ ਫਰਕ ਪੈਂਦਾ। ਮੇਰੀ ਥਾਰ ਦੀ ਤਾਂ ਰਿਵਿਊ ਚੈੱਕ ਕਰਿਆ ਨਾ, ਇਕੱਲੇ ਇਕੱਲੇ ਨੇ ਖੇਤ 'ਚ ਬਾੜੀ ਵੀ ਆ ਕਿ ਨਹੀਂ, ਬੈਡ ਰਿਵਿਊ ਇੱਕ ਵੀ ਨਹੀਂ ਹੈਗਾ, ਠੀਕ ਹੈ? ਤੇ ਮੇਰਾ ਤਾਂ ਕਿੱਥੇ ਹੋਊਗਾ ਫਿਰ, ਅੱਧ ਕਰੀ ਜਾਂਦਾ ਸਾਲੀ ਦੇਸੀ। ਚਲੋ 12-13 ਲੱਖ ਰੁਪਏ ਜੀ ਲੋਕਾਂ ਨੇ ਖੇਤਾਂ 'ਚ ਵਾੜਨਾ ਹੈ, ਇੱਧਰ ਦੇਖੋ ਐਕਸਪੈਂਸਿਵ ਚੀਜ਼ ਖੇਤ 'ਚ ਵਾੜਨ ਲੱਗਿਆ ਹੀ ਬੰਦਾ 2-3 ਵਾਰ ਸੋਚਦਾ ਹੈ। ਤੂੰ ਕਿਹੜੇ ਭੁਲੇਖਿਆਂ 'ਚ ਘੁੰਮਦਾ ਫਿਰਦਾ? ਮਿੱਤਰਾ ਜੱਟ ਤੇ ਝੋਟਾ ਹੀ ਖੇਤ 'ਚ ਵੜਦਾ ਹੁੰਦਾ ਹੈ, ਤੇਰੇ ਵਰਗੀ ਦੀ ਤਾਂ ਨਾ ਸੈਂਸਰ ਉੱਡ ਜਾਣਾ, ਠੀਕ ਹੈ? ਖੇਤ 'ਚ ਵੜੇ ਤੇ ਅੱਲਾ ਮਾਰਦਾ ਯਾਰ। ਮਿੱਤਰਾ ਰੀਸ ਜਿੰਨੀ ਮਰਜ਼ੀ ਕਰ ਲੈ, ਮੇਰੇ ਬਰਾਬਰ ਤਾਂ ਕਦੇ ਰਲਣਾ ਨਹੀਂ ਹੈਗਾ। ਮੇਰੀ ਹੈਗੀ ਹੈ ਜੀਪ ਕੰਪਨੀ, ਤੇਰੀ ਹੈਗੀ ਹੈ ਮਹਿੰਦਰਾ। ਉਹ ਮਹਿੰਦਰਾ ਦੇ ਉਹ ਵੀ ਤਾਂ ਬਣਦੇ ਹੁੰਦੇ ਆ ਸਾਲੇ, 275 ਟਰੈਕਟਰ ਠਕ 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 ਕਰਦੇ ਹੁੰਦੇ ਜਿਹੜੇ। ਉਸਤਾਦ ਹੁਣ ਤੂੰ ਟਰੈਕਟਰਾਂ ਨੂੰ ਵਿੱਚ ਨਾ ਲਿਆ, ਤੂੰ ਮੇਰੇ ਤੱਕ ਹੀ ਸੀਮਤ ਰਹਿ। ਜੇ ਤੇਰੀ ਫੱਟੀ ਪਵਾਤੀ ਨਾ ਟਰੈਕਟਰ ਨਾਲ, ਤੈਨੂੰ ਵਿੱਚੋਂ ਤੋੜ ਦੇਣਾ ਟਰੈਕਟਰ ਨੇ, ਤੈਨੂੰ ਦੱਸ ਦਵਾਂ ਮੈਂ। ਤੂੰ ਮੇਰੇ ਤੱਕ ਹੀ ਗੱਲ ਕਰ ਲੈ, ਉਹੀ ਚੰਗੀ ਰਹੂਗੀ ਤੇਰੇ ਵਾਸਤੇ। ਹਾਂ ਹਾਂ ਦੇਖ ਲੂੰਗੇ ਦੇਖ ਲੂੰਗੇ, ਜਿੱਦਣ ਫੱਟੀ ਦੀ ਵਾਰੀ ਆਈ ਉਦੋਂ ਫੱਟੀ ਵੀ ਪਾ ਲੂੰਗੇ। ਬਾਕੀ ਹਾਂ ਲੋਕ ਵੀ ਦੱਸ ਦੂੰਗੇ ਵੀ ਹਾਂ ਰੂਬੀਕੌਨ ਦੇ ਵਿੱਚ ਜ਼ਿਆਦਾ ਜ਼ੋਰ ਹੈ ਕਿ ਤੇਰੇ 575 ਦੇ ਵਿੱਚ ਜ਼ਿਆਦਾ ਜ਼ੋਰ ਹੈ। ਉਹ ਬਾਕੀ ਜੇ ਰੰਗਾਂ ਦੀ ਗੱਲ ਕਰੀਏ, ਆ ਕਿਹੋ ਜਿਹਾ ਜਲੂਸ ਕੱਢਿਆ ਹੋਵੇ ਤਾਂ ਚੱਜਾਂ ਨੇ ਕੋਈ ਦੇ ਹੁੰਦਾ ਰੰਗ। ਉਹ ਰੰਗਾਂ ਰੁੰਗਾਂ ਦੀ ਗੱਲ ਤੂੰ ਛੱਡ, ਮੇਨ ਮੁੱਦੇ ਦੀ ਤੂੰ ਇੰਜਣ ਭਰਾ। ਤੇਰਾ 2000 cc ਇੰਜਣ, ਇੱਧਰ 2200 cc ਇੰਜਣ ਹੈ, 2200 ਜਦ ਮਰਜ਼ੀ ਆ ਜੀ, ਜਦ ਮਰਜ਼ੀ ਫੱਟੀ 'ਚ ਵੀ ਭਾਵੇਂ ਰੇਸ 'ਚ ਵੀ। ਉਹ ਆਹੀ ਜੀ ਦਾ ਤੈਨੂੰ ਭੁਲੇਖਾ ਹੈ ਪੁੱਤ, ਟੌਰ ਕੇ ਬਥੇਰੀ ਹੈ ਮੇਰੀ, 2000 ਬੰਨਾ ਤੂੰ ਜਾ, ਕੱਲੇ ਨੇ ਦੇਖ ਲਈ ਫੱਟੀ ਪਵਾ ਕੇ, ਪੱਟ ਕੇ ਲੈ ਜੂੰਗੇ ਜੜਾਂ 'ਚੋਂ। ਤੂੰ ਗੱਲ ਛੱਡ, ਤੂੰ ਮੇਰਾ ਇੰਟੀਰੀਅਰ ਚੈੱਕ ਕਰ,
ਹੈ ਚਿੱਟੇ ਰੰਗ ਦਾ ਪ੍ਰੀਮੀਅਮ ਲੁੱਕ, ਤੇਰੇ ਚ ਕਿਹੜਾ ਲਾਲ, ਪੁੱਛਦਾ ਨੀ ਹੈਗਾ ਉਹਨੂੰ। ਇੱਧਰ ਵਾਈਟ ਰੰਗ ਪ੍ਰੋਫੈਸ਼ਨਲ ਕਲਰ ਹੈ, ਪ੍ਰੋਫੈਸ਼ਨਲ ਕਲਰ। ਤੇਰੇ ਵਾਲਾ ਹੈਗਾ ਛਪਰੀ। ਉਹ ਕਿਆ ਛਪਰੀ ਛਪਰੀ ਕਰੀ ਜਾਂਦਾ ਯਾਰ, ਸਾਰਾ ਹੀ ਚਿੱਟਾ ਚਿੱਟਾ ਕਰਕੇ ਰੱਖਦਾ, ਜਮੀ ਸਵਾਦ ਖਰਾਬ ਕਰਤਾ ਸਾਲਾ। ਮਾੜੇ ਬੰਦੇ ਨੇ ਘਬਰਾਹਟ ਦੇ ਵਿੱਚ ਉਲਟੀ ਕਰਤੀ ਨਾ, ਸਾਲਾ ਮਹੀਨਾ ਤਾਂ ਕੋਈ ਨੀ ਜਾਣਾ ਹੈਗਾ। ਬੰਦਾ ਇੱਕ ਕਿਆ ਯਾਰ ਤੂੰ, ਸਾਲੇ ਚੱਜ ਦਾ ਤਾਂ ਡੈਸ਼ਬੋਰਡ ਦੇ ਦਿੰਦੇ। ਉਹ ਨਾਲੇ ਨਾ ਮੇਰਾ ਲੋਕਾਂ ਪਰ ਵਿਸ਼ਵਾਸ ਬਣਿਆ ਵਾਏ, ਮੇਰੇ ਦਾਦੇ ਪੜਦਾਦਿਆਂ ਨੇ ਵੀ ਮਹਿੰਦਰਾ ਦੇ ਟਰੈਕਟਰ ਰੱਖੇ ਹੋਏ ਤੇ, ਠੀਕ ਹੈ। ਤੂੰ ਅੱਜ ਕੱਲ ਦੀ ਹੈ, ਠੀਕ ਹੈ, ਅੱਜ ਕੱਲ ਦੀ ਬਹੁਤੀਆਂ ਗੱਲਾਂ ਨਾ ਮਾਰ, ਜਾ ਕੇ ਕੱਲੇ ਕੱਲੇ ਪਿੰਡ ਚ ਦੇਖ ਲਈ, ਕੱਲੇ ਕੱਲੇ ਘਰ ਦੇ ਵਿੱਚ ਮਹਿੰਦਰਾ ਬਲੈਰੋ ਮਹਿੰਦਰਾ ਸਕਾਰਪੀਓ। ਕਿਆ ਤੂੰ ਦਾਦੇ ਪੜਦਾਦਿਆਂ ਨੂੰ ਆਪਣੇ ਵਿੱਚ ਵੜੀ ਜਾਂਦਾ ਹੈ, ਨਾਲੇ ਤੂੰ ਕੰਮ ਕਰ ਫਿਰ। ਚੱਲ ਲੋਕਾਂ ਤੇ ਵੋਟ ਪਵਾ ਕੇ ਦੇਖਦੇ ਆ, ਮਹਿੰਦਰਾ ਰੌਕਸ ਨੂੰ ਜ਼ਿਆਦਾ ਵੋਟ ਹੈ ਜਾਂ ਜੀਪ ਰੂਬੀ ਕੌਣ, ਠੀਕ ਹੈ ਕਿ ਨਹੀਂ। ਓ ਹਾਂ ਹਾਂ, ਕੋਈ ਚੱਕਰ ਨਹੀਂ ਆ, ਆਪਣੇ ਕਮੈਂਟਾਂ 'ਚ ਪੁੱਛ ਲਈ ਲੋਕਾਂ ਨੂੰ, ਮੰਨੀ ਵੱਧ ਚਾਹਣੇ ਵਾਲੇ ਲੋਕ ਹੋਣਗੇ, ਠੀਕ ਹੈ। ਰੂਬੀ ਕੌਣ ਨੂੰ ਕਿਹੜਾ ਪੁੱਛਦਾ ਯਾਰ, ਆਪ ਦੂਗੀ ਪੀਰ ਵਾਲੀ।